ਜੀ ਹੀਟ ਵੱਧ ਰਹੀ ਹੈ ਤਾਂ ਦੇਖੋ ਕਲਾਈਮੇਟ ਕੰਡੀਸ਼ਨ ਅਕੋਰਡਿੰਗ ਟੂ ਹਰ ਸਾਲ ਚੇਂਜ ਹੁੰਦੀਆਂ ਹੀ ਰਹਿੰਦੀਆਂ ਨੇ ਤਾਂ ਹੁਣ ਸਾਡੇ ਆਪਣੇ ਹੱਥ ਹੈ ਜਿੰਨਾ ਅਸੀਂ ਐਨਵਾਇਰਮੈਂਟ ਜਿੰਨਾ ਹੀ ਸਫਾਈ ਦਾ ਧਿਆਨ ਰੱਖਾਂਗੇ ਹੁਣ। ਦੀਵਾਲੀ ਬਣਾਉਣ ਨੂੰ ਕਹੋਗੇ ਹਾਂਜੀ ਮੈਂ ਇਹੀ ਚਾਹੁੰਦਾ ਕਿ ਪਟਾਕਿਆਂ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ ਹੈ, ਘੱਟ ਤੋਂ ਘੱਟ ਪਟਾਕਿਆਂ ਨੂੰ ਅਸੀਂ ਯੂਜ਼ ਕਰੀਏ ਤਾਂ ਕਿ ਸਾਡੇ ਐਨਵਾਇਰਮੈਂਟ ਤੇ ਇੰਨਾ ਫਰਕ ਨਾ ਪਵੇ। ਤੇ ਐਂਡ ਜਿਹੜੇ ਜੇ ਮਾੜੇ ਮੋਟੇ ਪਟਾਕੇ ਚਲਾਉਣੇ ਵੀ ਹੈ ਤਾਂ ਬੀ ਕੇਅਰਫੁਲ ਜੀ। ਤੇ ਮੈਂ ਰਿਪੂ ਕੋਹਲੀ ਕੋਹਲੀ ਫਿਸ਼ ਵੱਲੋਂ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਜਿਹੜੀ ਸਫਾਈ ਦਾ ਜਿਹੜਾ ਅਭਿਆਨ ਛੇੜਿਆ ਹੋਇਆ ਜੀ ਦੀਵਾਲੀ ਦੇ ਖਾਸ ਮੌਕੇ ਕਰਕੇ, ਜਿਹੜਾ ਹੈ ਪ੍ਰਧਾਨ ਨਗਰ ਕੌਂਸਲ ਨੰਗਲ ਸੰਜੇ ਸਾਹਨੀ ਜੀ ਔਰ ਕਾਰ ਸਾਧਕ ਅਫਸਰ ਸਾਡੇ ਮਾਨਵੀਰ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਚਲਾਇਆ ਗਿਆ ਜੀ, ਤੇ ਖਾਸ ਜਿਹੜਾ ਹੈ ਦੀਵਾਲੀ ਦੇ ਓਕੇਸ਼ਨ ਕਰਕੇ ਚਲਾਇਆ ਗਿਆ। ਅੱਛਾ ਜੀ, ਇਹ ਕਦ ਸ਼ੁਰੂ ਕੀਤਾ ਜੀ, ਕਦ ਤੱਕ ਚੱਲੇ ਦਰਜ ਰਹੇਗਾ? ਇਹ ਜਿਹੜਾ ਹੈ 28 ਤਰੀਕ ਤੋਂ ਅਸੀਂ ਸ਼ੁਰੂ ਕੀਤਾ ਹੈ ਜੀ ਤੇ ਦੀਵਾਲੀ ਤੱਕ ਜਿਹੜਾ ਹੈ ਚੱਲਦਾ ਰਹੇਗਾ ਜੀ। ਇਹ ਕਿੰਨੇ ਕੁ ਵਜੇ ਆਉਂਦੇ ਸਰ ਰਾਤ ਨੂੰ? ਇਹ ਅਸੀਂ ਜਿਹੜਾ ਹੈ 9 ਵਜੇ ਸਟਾਰਟ ਕਰ ਦਿੰਦੇ ਹਾਂ ਜੀ, ਅੱਡਾ ਮਾਰਕੀਟ ਔਰ ਮੇਨ ਮਾਰਕੀਟ ਜੀ। ਠੀਕ ਹੈ ਠੀਕ। ਕਿੱਦਾਂ ਬਾਜ਼ਾਰ ਦਾ ਕਿੱਦਾਂ ਰਿਸਪੋਂਸ ਮਿਲਿਆ? ਬਾਜ਼ਾਰ ਦਾ ਠੀਕ ਹੈ ਜੀ, ਵਧੀਆ। ਠੀਕ, ਕਿਆ ਕਹਿਣਾ ਚਾਹੋਗੇ ਬਾਜ਼ਾਰ ਵਾਲੇ ਨੂੰ? ਬਾਜ਼ਾਰ ਵਾਲੇ ਨੂੰ ਇਹੀ ਕਹਿਣਾ ਚਾਹਾਂਗੇ ਜੀ, ਜਿਹੜਾ ਹੈ ਸਾਫ਼ ਸਫਾਈ ਦਾ ਧਿਆਨ ਰੱਖਣ ਔਰ ਜਿਹੜਾ ਹੈ ਪਲਾਸਟਿਕ ਦੀ ਵਰਤੋਂ ਘੱਟ ਜਿਹੜਾ ਹੈ ਕੀਤੀ ਜਾਵੇ। ਹਾਂਜੀ ਠੀਕ। ਹਾਂਜੀ ਹਾਂਜੀ ਸਰ, ਸਭ ਤੋਂ ਪਹਿਲਾਂ ਨਮਸਕਾਰ ਸਾਰਿਆਂ ਨੂੰ ਜੀ। ਸਰ ਇਹ ਸਾਡੀ ਮਾਰਕੀਟ 'ਚ ਪਹਿਲੀ ਵਾਰੀ ਹੋਇਆ, ਵੈਸੇ ਤਾਂ ਦਿਨ ਨੂੰ ਸਫਾਈ ਹੁੰਦੀ ਸੀਗੀ ਬਟ ਦਿਨ ਨੂੰ ਸਫਾਈ ਉਹ ਸਵੇਰੇ ਰਸ਼ ਪੈ ਜਾਂਦਾ, ਦੀਵਾਲੀ ਬਾਬਾ ਜੀ ਦੀ ਕਿਰਪਾ ਦੇ ਨਾਲ ਸਵੇਰੇ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ। ਤੇ ਇਹ ਪਹਿਲੀ ਵਾਰ ਹੋਇਆ ਕਿ ਆਪਣੀ ਨਗਰ ਕੌਂਸਲ ਨੇ ਇਸ ਚੀਜ਼ ਦਾ ਸੰਗਿਆਨ ਲਿਆ ਕਿ ਰਾਤ ਨੂੰ ਇਹਨਾਂ ਨੇ ਸਫਾਈ ਸ਼ੁਰੂ ਕੀਤੀ ਹੈ ਜੀ। ਆਪਾਂ ਨਗਰ ਕੌਂਸਲ ਦਾ ਤੇ ਆਪਣੇ ਪ੍ਰਧਾਨ ਜੀ ਸਾਹਨੀ ਸਾਹਿਬ ਦਾ ਅਸੀਂ ਬਹੁਤ ਬਹੁਤ ਦਿਲ ਤੋਂ ਆਪਣੇ ਸ਼ੁਕਰੀਆ ਕਰਦੇ ਹਾਂ ਜੀ ਕਿ ਉਹ ਇਸੇ ਚੀਜ਼ ਨੂੰ ਉਹ 2-4 ਦਿਨ ਜਿਹੜਾ ਹੈਗਾ ਉਹ ਰੈਗੂਲਰ ਰੱਖਣ। ਕਿ ਜਿਹੜਾ ਇਹ ਹੈ ਕਿ ਜਿੱਦਾਂ ਸਵੇਰੇ ਸਵੇਰੇ ਆਪਣੇ ਗਾਹਕ ਆ ਜਾਂਦਾ ਹੈ ਜੀ ਤੇ ਮਾਰਕੀਟ ਆਪਣੀ ਬਿਲਕੁਲ ਨੀਟ ਐਂਡ ਕਲੀਨ ਹੋਏਗੀ, ਤੇ ਕਿਉਂਕਿ ਬਾਹਰੋਂ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਗਾਹਕ ਆ ਰਿਹਾ ਹੈ ਜੀ ਕਸਟਮਰ ਨਾ, ਤੇ ਉਹ ਇੰਪ੍ਰੈਸ਼ਨ ਜਿਹੜਾ ਹੈਗਾ ਸਾਡੀ ਮੇਨ ਮਾਰਕੀਟ ਦਾ ਬਹੁਤ ਵਧੀਆ ਪੈਂਦਾ। ਤੇ ਪ੍ਰਧਾਨ ਜੀ ਨੂੰ ਸਾਡੀ ਬੇਨਤੀ ਹੈ ਕਿ ਜਿੱਦਾਂ ਉਹਨਾਂ ਨੇ ਅੱਜ ਤੋਂ ਇਹ ਚੀਜ਼ ਸ਼ੁਰੂ ਕੀਤੀ ਹੈ ਰਾਤ ਨੂੰ ਸਫਾਈ ਵਾਲੀ, ਤੇ 2-4 ਦਿਨ ਜਦੋਂ ਤੱਕ ਆਪਣਾ ਤਿਉਹਾਰ ਦਾ ਹੈਗਾ ਹੈ ਤੇ ਉਹ ਇਹਨੂੰ ਇੱਦਾਂ ਹੀ ਜਿਹੜਾ ਹੈਗਾ ਜਾਰੀ ਰੱਖਣ। ਬਹੁਤ ਬਹੁਤ ਧੰਨਵਾਦ ਜੀ। ਜੀ ਹੀਟ ਵੱਧ ਰਹੀ ਹੈ ਤਾਂ ਦੇਖੋ ਕਲਾਈਮੇਟ ਕੰਡੀਸ਼ਨ ਅਕੋਰਡਿੰਗ ਟੂ ਹਰ ਸਾਲ ਚੇਂਜ ਹੁੰਦੀਆਂ ਹੀ ਰਹਿੰਦੀਆਂ ਨੇ ਤਾਂ ਹੁਣ ਸਾਡੇ ਆਪਣੇ ਹੱਥ ਹੈ ਜਿੰਨਾ ਅਸੀਂ ਐਨਵਾਇਰਮੈਂਟ ਜਿੰਨਾ ਹੀ ਸਫਾਈ ਦਾ ਧਿਆਨ ਰੱਖਾਂਗੇ ਹੁਣ। ਹਾਂਜੀ ਮੈਂ ਇਹੀ ਚਾਹੁੰਦਾ ਕਿ ਪਟਾਕਿਆਂ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ ਹੈ, ਘੱਟ ਤੋਂ ਘੱਟ ਪਟਾਕਿਆਂ ਨੂੰ ਅਸੀਂ ਯੂਜ਼ ਕਰੀਏ ਤਾਂ ਕਿ ਸਾਡੇ ਐਨਵਾਇਰਮੈਂਟ ਤੇ ਇੰਨਾ ਫਰਕ ਨਾ ਪਵੇ। ਤੇ ਐਂਡ ਜਿਹੜੇ ਜੇ ਮਾੜੇ ਮੋਟੇ ਪਟਾਕੇ ਚਲਾਉਣੇ ਵੀ ਹੈ ਤਾਂ ਬੀ ਕੇਅਰਫੁਲ ਜੀ। ਤੇ ਮੈਂ ਰਿਪੂ ਕੋਹਲੀ ਕੋਹਲੀ ਫਿਸ਼ ਵੱਲੋਂ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਜਿਹੜੀ ਸਫਾਈ ਦਾ ਜਿਹੜਾ ਅਭਿਆਨ ਛੇੜਿਆ ਹੋਇਆ ਜੀ ਦੀਵਾਲੀ ਦੇ ਖਾਸ ਮੌਕੇ ਕਰਕੇ, ਜਿਹੜਾ ਹੈ ਪ੍ਰਧਾਨ ਨਗਰ ਕੌਂਸਲ ਨੰਗਲ ਸੰਜੇ ਸਾਹਨੀ ਜੀ ਔਰ ਕਾਰ ਸਾਧਕ ਅਫਸਰ ਸਾਡੇ ਮਾਨਵੀਰ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਚਲਾਇਆ ਗਿਆ ਜੀ, ਤੇ ਖਾਸ ਜਿਹੜਾ ਹੈ ਦੀਵਾਲੀ ਦੇ ਓਕੇਸ਼ਨ ਕਰਕੇ ਚਲਾਇਆ ਗਿਆ। ਅੱਛਾ ਜੀ, ਇਹ ਕਦ ਸ਼ੁਰੂ ਕੀਤਾ ਜੀ, ਕਦ ਤੱਕ ਚੱਲੇ ਦਰਜ ਰਹੇਗਾ? ਇਹ ਜਿਹੜਾ ਹੈ 28 ਤਰੀਕ ਤੋਂ ਅਸੀਂ ਸ਼ੁਰੂ ਕੀਤਾ ਹੈ ਜੀ ਤੇ ਦੀਵਾਲੀ ਤੱਕ ਜਿਹੜਾ ਹੈ ਚੱਲਦਾ ਰਹੇਗਾ ਜੀ। ਇਹ ਕਿੰਨੇ ਕੁ ਵਜੇ ਆਉਂਦੇ ਸਰ ਰਾਤ ਨੂੰ? ਇਹ ਅਸੀਂ ਜਿਹੜਾ ਹੈ 9 ਵਜੇ ਸਟਾਰਟ ਕਰ ਦਿੰਦੇ ਹਾਂ ਜੀ, ਅੱਡਾ ਮਾਰਕੀਟ ਔਰ ਮੇਨ ਮਾਰਕੀਟ ਜੀ। ਠੀਕ ਹੈ ਠੀਕ। ਕਿੱਦਾਂ ਬਾਜ਼ਾਰ ਦਾ ਕਿੱਦਾਂ ਰਿਸਪੋਂਸ ਮਿਲਿਆ? ਬਾਜ਼ਾਰ ਦਾ ਠੀਕ ਹੈ ਜੀ, ਵਧੀਆ। ਠੀਕ, ਕਿਆ ਕਹਿਣਾ ਚਾਹੋਗੇ ਬਾਜ਼ਾਰ ਵਾਲੇ ਨੂੰ? ਬਾਜ਼ਾਰ ਵਾਲੇ ਨੂੰ ਇਹੀ ਕਹਿਣਾ ਚਾਹਾਂਗੇ ਜੀ, ਜਿਹੜਾ ਹੈ ਸਾਫ਼ ਸਫਾਈ ਦਾ ਧਿਆਨ ਰੱਖਣ ਔਰ ਜਿਹੜਾ ਹੈ ਪਲਾਸਟਿਕ ਦੀ ਵਰਤੋਂ ਘੱਟ ਜਿਹੜਾ ਹੈ ਕੀਤੀ ਜਾਵੇ। ਹਾਂਜੀ ਠੀਕ। ਹਾਂਜੀ ਹਾਂਜੀ ਸਰ, ਸਭ ਤੋਂ ਪਹਿਲਾਂ ਨਮਸਕਾਰ ਸਾਰਿਆਂ ਨੂੰ ਜੀ। ਸਰ ਇਹ ਸਾਡੀ ਮਾਰਕੀਟ 'ਚ ਪਹਿਲੀ ਵਾਰੀ ਹੋਇਆ, ਵੈਸੇ ਤਾਂ ਦਿਨ ਨੂੰ ਸਫਾਈ ਹੁੰਦੀ ਸੀਗੀ ਬਟ ਦਿਨ ਨੂੰ ਸਫਾਈ ਉਹ ਸਵੇਰੇ ਰਸ਼ ਪੈ ਜਾਂਦਾ, ਦੀਵਾਲੀ ਬਾਬਾ ਜੀ ਦੀ ਕਿਰਪਾ ਦੇ ਨਾਲ ਸਵੇਰੇ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ। ਤੇ ਇਹ ਪਹਿਲੀ ਵਾਰ ਹੋਇਆ ਕਿ ਆਪਣੀ ਨਗਰ ਕੌਂਸਲ ਨੇ ਇਸ ਚੀਜ਼ ਦਾ ਸੰਗਿਆਨ ਲਿਆ ਕਿ ਰਾਤ ਨੂੰ ਇਹਨਾਂ ਨੇ ਸਫਾਈ ਸ਼ੁਰੂ ਕੀਤੀ ਹੈ ਜੀ। ਆਪਾਂ ਨਗਰ ਕੌਂਸਲ ਦਾ ਤੇ ਆਪਣੇ ਪ੍ਰਧਾਨ ਜੀ ਸਾਹਨੀ ਸਾਹਿਬ ਦਾ ਅਸੀਂ ਬਹੁਤ ਬਹੁਤ ਦਿਲ ਤੋਂ ਆਪਣੇ ਸ਼ੁਕਰੀਆ ਕਰਦੇ ਹਾਂ ਜੀ ਕਿ ਉਹ ਇਸੇ ਚੀਜ਼ ਨੂੰ ਉਹ 2-4 ਦਿਨ ਜਿਹੜਾ ਹੈਗਾ ਉਹ ਰੈਗੂਲਰ ਰੱਖਣ। ਕਿ ਜਿਹੜਾ ਇਹ ਹੈ ਕਿ ਜਿੱਦਾਂ ਸਵੇਰੇ ਸਵੇਰੇ ਆਪਣੇ ਗਾਹਕ ਆ ਜਾਂਦਾ ਹੈ ਜੀ ਤੇ ਮਾਰਕੀਟ ਆਪਣੀ ਬਿਲਕੁਲ ਨੀਟ ਐਂਡ ਕਲੀਨ ਹੋਏਗੀ, ਤੇ ਕਿਉਂਕਿ ਬਾਹਰੋਂ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਗਾਹਕ ਆ ਰਿਹਾ ਹੈ ਜੀ ਕਸਟਮਰ ਨਾ, ਤੇ ਉਹ ਇੰਪ੍ਰੈਸ਼ਨ ਜਿਹੜਾ ਹੈਗਾ ਸਾਡੀ ਮੇਨ ਮਾਰਕੀਟ ਦਾ ਬਹੁਤ ਵਧੀਆ ਪੈਂਦਾ। ਤੇ ਪ੍ਰਧਾਨ ਜੀ ਨੂੰ ਸਾਡੀ ਬੇਨਤੀ ਹੈ ਕਿ ਜਿੱਦਾਂ ਉਹਨਾਂ ਨੇ ਅੱਜ ਤੋਂ ਇਹ ਚੀਜ਼ ਸ਼ੁਰੂ ਕੀਤੀ ਹੈ ਰਾਤ ਨੂੰ ਸਫਾਈ ਵਾਲੀ, ਤੇ 2-4 ਦਿਨ ਜਦੋਂ ਤੱਕ ਆਪਣਾ ਤਿਉਹਾਰ ਦਾ ਹੈਗਾ ਹੈ ਤੇ ਉਹ ਇਹਨੂੰ ਇੱਦਾਂ ਹੀ ਜਿਹੜਾ ਹੈਗਾ ਜਾਰੀ ਰੱਖਣ। ਬਹੁਤ ਬਹੁਤ ਧੰਨਵਾਦ ਜੀ।